हेलो जी सारे नु जी, मेरे वालों हाथ जोड़ के प्यार भरी सत श्री अकाल। कौर संधू बुटीक एंड ब्लॉग ते थोड़ा बहुत बहुत स्वागत है जी। उम्मीद करते हैं तुसी ठीक ठाक हो, असी भी ठीक ठाक हाँ जी। लो जी अपने जिहड़े हैगे धूरी कौर संधू बुटीक एंड ब्यूटी सैलून धूरी तो, है ना, जो भी अपने कोल कपड़ा आया आप कपड़े की तुहाडे नाल वीडियो शेयर करते हुंने आ। आप वीडियो शेयर करन लगे आ तुहाडे नाल, ते बिच बहुत भैणा दे है ना कमेंट भी आए कहिंदे रेट दस्या करो नाल दी नाल, क्योंकि असीं मोटा मोटा जिहा रेट दस दिंदे आ जी। पहला मैं हर एक चीज़ दे जिद्दां रेट शो करती हुंदी सीगी उहदे च सानूं काफ़ी दुकानदार जिहड़े हैगे इतराज़ भी करदे आ, है ना। चलो अगले ने आपदे आपदे हिसाब नाल वेचने, किसी ने महंगा वेचने, किसी ने सस्ता वेचने। अपना जिहड़ा रेट हैगा बिल्कुल सस्ता हुंदा, तुसीं जिहड़ा मर्जी कपड़े दा साडे तों रेट पुछ सकदे हो। बाकी बिच जिहड़े हैगे ने आप वट्सअप स्टेटस वगैरह ला दिंदे हुंदे आ, है ना, जो सूट वर्क वगैरह कराउणे आ। देखो जे तां है ना लैणा हुंदा तां कोई रेट पुछण दा फायदा भी है, जिन्हें लैणा ही नहीं उहदा कोई फायदा नहीं। बिच बिच दो चार भैणां इहो जिहियां भी ने, है ना, हर एक सूट दा पुछणगियां प्राइस की है जी, प्राइस की है, पर लिया कदे भी नहीं, है ना। उत्थे जिहड़ा सानू भी औखा लगता ये करके मैं तो बहुत घट्ट जिहड़े हैगे स्टेटस भी बहुत घट्ट शो करती हुंनी आ, ते क्योंकि कपड़ा अपने कोले हर एक बार तीजे चौथे दिन अपने कोले कपड़ा नवा आउंदा ही आउंदा हैगा। अपना रेट बिल्कुल सस्ता हैगा, तुसी साडे कोले आ के देख के खरीद सकते हो, परख के खरीद सकते हो। अपना रेट बहुत सस्ता है जी, आप इस करके रेट नहीं हो पाते क्योंकि किसी ने महंगा वेचना है, है ना। आप किसी की रोजी रोटी खराब नहीं करते हैं, किसी ने महंगा वेचना, किसी ने सस्ता वेचना, हर एक ने जिहड़ा हैगा आपदे मार्जिन दे हिसाब नाल वेचना। अपने रेट बिल्कुल जिहड़े हैगे सस्ते रेट रखे हुए ने जी, क्योंकि आप काफ़ी कपड़ा इकट्ठा खरीदते हैं उहदे करके आपां मिलता भी सस्ता है। ਇਹ ਨਹੀਂ ਹੈਗਾ ਜੀ ਵੀ ਆਪਾਂ ਮਾਰਜਿਨ ਨਹੀਂ ਜਿਹੜਾ ਹੈਗਾ ਕਮਾਉਂਦੇ, ਹੈ ਨਾ, ਸੂਟਾਂ ਦੇ ਵਿੱਚੋਂ ਮਾਰਜਿਨ ਆਪਾਂ ਵੀ ਕਮਾਉਂਦੇ ਹਾਂ, ਪਰ ਅਸੀਂ ਬਿਲਕੁਲ ਘੱਟ ਕਮਾਉਂਦੇ ਹਾਂ ਕਿਉਂਕਿ ਆਪਾਂ ਇਕੱਠਾ ਕੱਪੜਾ ਚੱਕਦੇ ਹਾਂ, ਉਹਦੇ 'ਚ ਆਪਾਂ ਨੂੰ ਮਿਲਦਾ ਵੀ ਸਸਤਾ ਹੈ ਜੀ, ਆਪਾਂ ਵੇਚਦੇ ਵੀ ਸਸਤਾ। ਆਹ ਦੇਖੋ ਪਹਿਲਾਂ ਤਾਂ ਸਾਡੇ ਕੋਲ ਆ ਟਾਈਬੀ ਲਾਈਨਿੰਗ ਦੇ ਸੂਟ ਪੂਰੇ ਨਹੀਂ ਹੋ ਰਹੇ। ਦੇਖੋ ਮੈਂ ਤੁਹਾਨੂੰ ਮੇਨ ਮੇਨ ਜੇ ਕਲਰ ਦਿਖਾਉਣੀ ਹੁੰਦੀ ਆ, ਹਰ ਇੱਕ ਤੀਜੇ ਚੌਥੇ ਦਿਨ ਆਪਣੇ ਕੋਲ ਇਹ ਵਾਲੇ ਕੱਪੜੇ ਆਉਂਦੇ ਆ। ਆਹ ਦੇਖੋ ਬਲੈਕ ਕਿੰਨਾ ਸੋਹਣਾ ਹੈ, ਇਹ ਜਿਹੜਾ ਹੈਗਾ ਅਸੀਂ 500 ਰੁਪਏ ਦਾ ਸੂਟ ਸੇਲ ਕਰਦੇ ਹਾਂ ਜੀ। ਆਪਣੇ ਕੋਲ 500 ਰੁਪਏ ਤੋਂ ਲੈ ਕੇ ਆਪਣੇ ਬੁਟੀਕ ਦੇ ਉੱਪਰ ਤੁਸੀਂ ਚਾਹੇ 10,000 ਤੱਕ ਦਾ ਸੂਟ ਤਿਆਰ ਕਰਵਾ ਸਕਦੇ ਹੋ। ਜਿੱਦਾਂ ਅਸੀਂ ਹੈਂਡ ਵਰਕ ਵਗੈਰਾ ਕਰਾਉਣੇ ਆ, ਹੈ ਨਾ, ਤੁਸੀਂ ਸਾਡੇ ਤੋਂ ਕੱਪੜਾ ਲੈ ਕੇ ਮਤਲਬ ਕਿ ਸਾਡੇ ਕੋਲ ਬੁਕਿੰਗ ਕਰਾ ਸਕਦੇ ਹੋ। ਜਿਹੋ ਜਿਹਾ ਮਰਜ਼ੀ ਜਿਹੋ ਜਿਹੀ ਤੁਸੀਂ ਫੋਟੋ ਦਿਖਾਵੋਗੇ ਅਸੀਂ ਉਹੋ ਜਿਹਾ ਸੂਟ ਤਿਆਰ ਕਰਵਾ ਕੇ ਦੇ ਦਾਂਗੇ। ਆਪਾਂ ਹੈਂਡ ਵਰਕ ਦਾ ਕੰਮ ਵੀ ਕਰਦੇ ਹਾਂ, ਥਰੈਡ ਵਰਕ ਦਾ ਵੀ, ਆਰੀ ਵਰਕ ਦਾ ਵੀ, ਸਾਰਾ ਕੰਮ ਆਪਣੇ ਬੁਟੀਕ 'ਤੇ ਹੁੰਦਾ ਆ। ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਸਿਲਾਈ ਵੀ ਕਰਦੇ ਹਾਂ ਜੀ, ਹਰ ਇੱਕ ਤਰ੍ਹਾਂ ਦੀ ਸਿਲਾਈ ਕਰਦੇ ਹਾਂ। ਆਪਣਾ ਐਡਰੈਸ ਹੈਗਾ ਜੀ ਧੂਰੀ ਦੇ ਵਿੱਚ ਹੈਗੇ ਹਾਂ ਆਪਾਂ, ਬਰਨਾਲਾ ਚੌਂਕ, ਬਰਨਾਲਾ ਰੋਡ, ਕੱਕੜਵਾਲ ਚੌਂਕ, ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਹੈ, ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ, ਕੌਰ ਸੰਧੂ ਬੁਟੀਕ ਦਾ ਆਪਣਾ ਬੋਰਡ ਜਿਹੜਾ ਹੈਗਾ ਸੜਕ 'ਤੇ ਵੀ ਪਿਆ ਹੁੰਦਾ ਹੈ। ਬਾਕੀ ਜਦੋਂ ਥੋੜ੍ਹਾ ਜਿਹਾ ਗਲੀ ਦੇ ਵਿੱਚ ਅੱਗੇ ਝਾਕੋਗੇ ਆਪਣੇ ਜਿਹੜਾ ਹੈਗਾ ਦੁਕਾਨ ਦੇ ਮੂਹਰੇ ਆਪਣਾ ਵੱਡਾ ਬੋਰਡ ਲੱਗਿਆ, ਤੁਹਾਨੂੰ ਦਿਖ ਜਾਏਗਾ ਜੀ। ਆਹ ਦੇਖੋ ਇਹ ਆਪਣੇ ਟੈਬੀ ਲਾਈਨਿੰਗ ਦੇ ਸੂਟ ਹੈਗੇ ਆ, ਇਹ ਮੈਚਿੰਗ ਸੂਟ ਬਣਾ ਲਓ ਚਾਹੇ ਤੁਸੀਂ ਆਲ ਓਵਰ ਬਣਵਾ ਲਓ, ਇਹ ਤੁਹਾਡੀ ਮਰਜ਼ੀ ਹੈ। ਆਪਾਂ ਹਰ ਇੱਕ ਤਰ੍ਹਾਂ ਦੀ ਸਿਲਾਈ ਕਰਦੇ ਹਾਂ ਜੀ, ਬਿਲਕੁਲ ਸਸਤੇ ਰੇਟਾਂ 'ਤੇ ਕਰਦੇ ਹਾਂ, ਕੋਈ ਆਪਣਾ ਇਹ ਨਹੀਂ ਹੈਗਾ ਵੀ ਆਪਾਂ ਨੇ ਬੁਟੀਕ ਕਰ ਲਿਆ। ਜਿੱਦਾਂ ਆਪਾਂ ਪਿੰਡ ਦੇ ਵਿੱਚ ਘੱਟ ਰੇਟਾਂ 'ਤੇ ਕਰਦੇ ਸੀਗੇ, ਉੱਦਾਂ ਹੀ ਆਪਾਂ ਸ਼ਹਿਰ ਦੇ ਵਿੱਚ ਕਰਦੇ ਹਾਂ। ਆਪਾਂ ਨੇ ਜਿਹੜਾ ਲੁੱਟ ਤੋਂ ਤਾਂ ਬਚਾਉਣਾ ਹੀ ਨੇ, ਸਾਰੇ ਭੈਣ ਭਾਈਆਂ ਨੂੰ ਲੁੱਟ ਤੋਂ ਬਚਾਉਣਾ ਹੈਗਾ। ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਵਿਆਹ ਦਾ ਕੱਪੜਾ ਵੀ ਖਰੀਦ ਸਕਦੇ ਹੋ, ਦਾਜ ਵਰੀ ਦਾ, ਜਿਹੋ ਜਿਹੇ ਮਰਜ਼ੀ ਬਰਾਈਡਲ ਸੂਟ ਭਾਰੀ ਤੋਂ ਭਾਰੀ ਤੁਸੀਂ ਸਾਡੇ ਕੋਲ ਖਰੀਦ ਸਕਦੇ ਹੋ, ਕਿਉਂਕਿ ਸਟਾਰਟਿੰਗ ਰੇਂਜ ਆਪਣੀ 500 ਤੋਂ ਸ਼ੁਰੂ ਹੋ ਜਾਂਦਾ ਜੀ। ਇਹ ਆਪਾਂ ਨੇ ਜਿਹੜੇ ਬੁਟੀਕ ਪੀਸ ਤਿਆਰ ਕਰਵਾਏ ਨੇ ਜੀ, ਆਹ ਦੇਖੋ ਮਸਲੀਨ ਦੇ ਉੱਪਰ ਸੂਟ ਹੈਗਾ, ਦੇਖੋ ਤੁਹਾਨੂੰ ਦਿਖਦਾ ਹੋਏਗਾ ਘੇਰੇ ਦਾ ਵਰਕ, ਦੇਖੋ ਥਰੈਡ ਵਰਕ ਕਰਿਆ ਹੋਇਆ, ਵਿੱਚ ਜਿਹੜਾ ਹੈਗਾ ਸਿੱਪੀ ਦਾ ਕੰਮ ਕੀਤਾ ਹੋਇਆ, ਆਹ ਸਾਰਾ ਜਿਹੜਾ ਹੈਗਾ ਸਿੱਪੀ ਦਾ ਕੰਮ ਕੀਤਾ ਹੋਇਆ। ਦੇਖੋ ਇਸ ਤਰ੍ਹਾਂ ਲਾਈਨਾਂ ਬਣੀਆਂ ਹੋਈਆਂ ਨੇ। ਮੈਂ ਤੁਹਾਨੂੰ ਇਹਦੀਆਂ ਸਲੀਵਸ ਵੀ ਚੈੱਕ ਕਰਾਵਾਂਗੀ, ਬੋਟਮ ਵੀ ਚੈੱਕ ਕਰਾਵਾਂਗੀ, ਸਾਰਾ ਜਿਹੜਾ ਹੈਗਾ ਵਰਕ ਹੈਗਾ ਆ, ਘੇਰਾ ਪਲੱਸ ਬੋਟਮ, ਅਤੇ ਦੇਖੋ ਵਾਜੂ ਵਰਕ, ਆਹ ਦੇਖੋ ਇਹ ਵਾਜੂ ਦਾ ਵਰਕ ਆ ਗਿਆ, ਕਿੰਨਾ ਸੋਹਣਾ ਵਾਜੂ 'ਤੇ ਵਰਕ ਹੋਇਆ ਹੋਇਆ, ਦੇਖੋ ਮੈਂ ਨੇੜੇ ਲਾ ਕੇ ਦਿਖਾ ਦਾਂਗੀ ਤੁਹਾਨੂੰ। ਅਤੇ ਇਹ ਆ ਗਿਆ ਜੀ ਸਲਵਾਰ 'ਤੇ ਵਰਕ, ਜਿੱਦਾਂ ਆਪਣੇ ਕਮੀਜ਼ 'ਤੇ ਹੋਇਆ ਹੋਇਆ ਉੱਦਾਂ ਹੀ ਸਲਵਾਰ 'ਤੇ ਹੋਇਆ ਹੋਇਆ, ਦੇਖੋ ਬੁਟੀਕ ਪੀਸ ਤਿਆਰ ਕਰਵਾਏ ਹੋਏ ਨੇ ਸਾਡੇ ਬਿਲਕੁਲ। ਆਹ ਦੇਖੋ ਇਹਨਾਂ ਦਾ ਜਿਹੜਾ ਮਸਲੀਨ ਦਾ ਦੁਪੱਟਾ ਆ ਗਿਆ, ਪਲੇਨ ਆ ਗਿਆ ਜੀ, ਆਹ ਦੇਖੋ ਆਪਣਾ ਸਾਰਾ ਗੋਟਾ ਲਾ ਕੇ ਦੁਪੱਟਾ ਤਿਆਰ ਕਰਾਇਆ ਹੋਇਆ, ਦੇਖੋ ਇਹ ਦੇਖ ਸਕਦੇ ਹੋ ਤੁਸੀਂ, ਗੋਟੇ ਵਗੈਰਾ ਲਾ ਕੇ ਤਿਆਰ ਕਰੇ ਹੋਏ ਨੇ, ਇਹਦੇ 'ਚ ਕਲਰ ਮਿਲ ਜਾਣਗੇ ਤੁਹਾਨੂੰ। ਆਹ ਦੇਖੋ ਇਹ ਗਾਜਰੀ ਜਿਹਾ ਕਲਰ ਆ ਗਿਆ,
ਜਿਵੇਂ ਸਾਡੇ ਕੋਲੇ ਤੁਸੀਂ ਵਧੀਆ ਵਿਆਹ ਦੇਖਣ ਵਾਲੇ ਬੁਟੀਕ ਪੀਸ 1000 ਰੁਪਏ ਤੋਂ ਜਿੱਦਾਂ ਦੇ ਮਰਜ਼ੀ ਸੂਟ ਖਰੀਦ ਸਕਦੇ ਹੋ ਜੀ। ਇਹਨਾਂ ਦੀ ਵੀ ਰੇਂਜ 1000-1100 ਬਸ ਇੰਨੀ ਕੀ ਹੈ, ਕਿਉਂਕਿ ਹਰ ਇੱਕ ਵਾਰੀ ਮੈਂ ਤੁਹਾਨੂੰ ਆਈਡੀਆ ਜਿਹਾ ਦਿੰਦੀ ਹੁੰਦੀ ਹਾਂ ਵੀ ਆਪਣੇ ਇੰਨੇ ਕੁ ਦੇ ਜਿਹੜੇ ਹੈਗੇ ਨੇ ਸੂਟ ਹੈਗੇ ਨੇ ਜੀ, ਇਹ 1000-1100 ਦੀ ਰੇਂਜ 'ਚ ਜਿਹੜੇ ਹੈਗੇ ਸੂਟ ਹੈਗੇ ਨੇ। ਅਤੇ ਆਪਣੇ ਕੋਲ ਜੋਰਜੱਟ ਵੀ ਆਈ ਹੈ ਜੀ, ਆਹ ਦੇਖੋ ਜਿੱਦਾਂ ਹੁਣ ਮੈਰਿਜ ਸੀਜ਼ਨ ਸਟਾਰਟ ਹੋ ਗਿਆ, ਵਰਕ ਵਾਲੀ ਜੋਰਜੱਟ, ਆਪਾਂ ਨੇ ਪਹਿਲਾਂ ਵੀ ਇਹਦੇ ਨਾਲ ਦੇ ਬਹੁਤ ਜ਼ਿਆਦਾ ਸੂਟ ਸੇਲ ਕਰੇ ਅਤੇ ਵਰਕ ਦਾ ਥੋੜ੍ਹਾ ਬਹੁਤਾ ਫਰਕ ਪੈ ਜਾਂਦਾ। ਆਹ ਦੇਖੋ ਇਹ ਜਿੱਦਾਂ ਗਰਾਰੇ ਸ਼ਰਾਰੇ ਬਣੇ ਹੋਏ, ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ, ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ, ਥਰੈਡ ਵਰਕ ਨਾਲੇ ਸਿੱਪੀ ਦਾ ਵਰਕ, ਜਿੱਦਾਂ ਮਰਜ਼ੀ ਤੁਸੀਂ ਜਾਗੋ ਵਗੈਰਾ 'ਤੇ ਇਹਨਾਂ ਦੀਆਂ ਡਰੈੱਸਾਂ ਬਣਵਾ ਸਕਦੇ ਹੋ। ਬਹੁਤ ਸੋਹਣੀਆਂ ਡਰੈੱਸਾਂ ਜਿਹੜੀਆਂ ਹੈਗੀਆਂ ਨੇ ਬਣ ਕੇ ਤਿਆਰ ਹੁੰਦੀਆਂ ਨੇ ਜੇ ਅਸੀਂ ਖੁਦ ਤਿਆਰ ਕਰਦੇ ਹਾਂ। ਦੇਖੋ ਜੀ ਬਹੁਤ ਜ਼ਿਆਦਾ ਜਿਹੜੇ ਹੈਗੇ ਮੈਸੇਜ ਆ ਰਹੇ ਤੇ, ਹੈ ਨਾ, ਅਤੇ ਆਪਾਂ ਨੂੰ ਦੇਖੋ ਕਿ ਬੈੱਲ ਵਾਟ ਦੇ ਸੂਟ ਤੁਸੀਂ ਤਿਆਰ ਕਰਵਾਉਣ ਲੱਗ ਗਏ। ਹਾਂਜੀ ਅਸੀਂ ਤਿਆਰ ਕਰਵਾਉਣ ਲੱਗ ਗਏ ਕਿਉਂਕਿ ਵਿਆਹਾਂ ਦਾ ਸੀਜ਼ਨ ਵਗੈਰਾ ਹੈ ਨਾ ਸਟਾਰਟ ਹੋ ਗਏ ਨੇ। ਮੈਂ ਇੱਕ ਸੂਟ ਤੁਹਾਨੂੰ ਚੈੱਕ ਜ਼ਰੂਰ ਕਰਾਵਾਂਗੀ, ਇਹਦੇ ਨਾਲ ਦੇ ਤੁਸੀਂ ਜਿੰਨੇ ਮਰਜ਼ੀ ਕਲਰ ਖਰੀਦ ਸਕਦੇ ਹੋ। ਜਿਹੜੀ ਵਧੀਆ ਵਾਲੀ ਬੈੱਲ ਵਾਟ ਲੱਗੀ ਹੋਈ ਹੈ ਦੇਖੋ, ਮੈਂ ਨੇੜੇ ਲਾ ਕੇ ਚੈੱਕ ਕਰਾਵਾਂਗੀ, ਸਾਰਾ ਥਰੈੱਡ ਵਰਕ ਅਤੇ ਹੈਂਡ ਵਰਕ ਹੋਇਆ ਹੋਇਆ, ਜਰੀ ਵਰਕ ਸਾਰਾ ਕੰਮ ਹੈ ਇਹਦੇ ਵਿੱਚ। ਆਹ ਦੇਖੋ ਆਹ ਥਰੈੱਡ ਵਰਕ ਹੋਇਆ ਹੋਇਆ, ਧਾਗੇ ਦਾ ਵਰਕ, ਆਹ ਪਰਲ ਵਰਕ ਹੋਇਆ ਹੋਇਆ, ਸਟੋਨ ਲਾ ਕੇ ਤਿਆਰ ਕੀਤਾ ਹੋਇਆ, ਜਰੀ ਦਾ ਵਰਕ ਹੋਇਆ ਹੋਇਆ, ਪਿਓਰ ਵੈਲਵੈਟ ਹੋਊਗੀ ਸਾਡੇ ਵਾਲੀ। ਆਹ ਦੇਖੋ ਸਾਡੇ ਕੋਲ ਜਿਹੜੀ ਹੈਗੀ ਵਧੀਆ ਵਾਲੀ ਵੈਲਵੈਟ ਮਿਲੂਗੀ, ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ। ਇਹ ਜਿਹੜੇ ਹੈਗੇ ਨੇ ਆਪਣੇ ਕੋਲ ਸੂਟ ਤੁਹਾਨੂੰ ਮਿਲ ਜਾਣਗੇ ਜੀ। ਆਹ ਦੇਖੋ ਇੱਦਾਂ ਜਿਹੜਾ ਹੈਗਾ ਬਾਹਾਂ ਦਾ ਵਰਕ ਆ ਗਿਆ, ਪਲੱਸ ਬਾਜੂ ਵਰਕ, ਘੇਰਾ ਵਰਕ ਐਂਡ ਪਲੱਸ ਬਾਜੂ ਵਰਕ, ਇਹਦੇ ਨਾਲ ਜਿਹੜੇ ਬਹੁਤ ਵਧੀਆ ਸੋਲ ਮਿਲਣਗੇ ਜੀ। ਇਹ ਜਿੱਦਾਂ ਮਹਿਰੂਨ ਕਲਰ ਹੈਗਾ ਆ, ਆਹ ਦੇਖੋ ਇਹਦੇ ਨਾਲ ਹੀ ਸਾਡੇ ਸੋਲ ਜਿੱਦਾਂ ਦਾਜ ਵਰੀਆਂ ਵਾਲੇ ਸੂਟ ਨੇ, ਬਾਹਰ ਵਾਸਤੇ ਅਸੀਂ ਬਹੁਤ ਭੈਣਾਂ ਨੇ ਇਹ ਸੂਟ ਸਾਡੇ ਤੋਂ ਤਿਆਰ ਕਰਵਾਇਆ, ਅਸੀਂ ਬਾਹਰ ਬਹੁਤ ਜ਼ਿਆਦਾ ਜਿਹੜਾ ਹੈਗਾ ਭੈਣਾਂ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਨੇ ਬਾਹਰਲੀਆਂ, ਉਹਨਾਂ ਵਾਸਤੇ ਅਸੀਂ ਸਪੈਸ਼ਲ ਇਹ ਸੂਟ ਤਿਆਰ ਕਰਵਾ ਭੇਜੇ ਨੇ, ਕਿਉਂਕਿ ਬਾਹਰ ਸਾਰਾ ਦਿਨ ਹੀ ਪਈ ਜਾਂਦੇ ਆ ਇਹ, ਉੱਧਰ ਜਿੱਦਾਂ ਠੰਡ ਹੁੰਦੀ ਹੈ ਹੈ ਨਾ, ਕਨੇਡਾ ਦੇ ਵਿੱਚ ਤਾਂ ਹਰ ਵਕਤ ਹੀ ਚੱਲੀ ਜਾਂਦੇ ਨੇ। ਗਰਮੀਆਂ ਦੇ ਵਿੱਚ ਵੀ ਅਸੀਂ ਇਹ ਸੂਟ ਕਾਰੀਗਰਾਂ ਤੋਂ ਤਿਆਰ ਕਰਵਾਏ ਸੀਗੇ। ਆਹ ਦੇਖੋ ਇਸ ਤਰ੍ਹਾਂ ਜਿਹੜੇ ਸੋਲ ਬਣੇ ਹੋਏ ਆ, ਦੇਖੋ ਕੱਟ ਵਰਕ ਹੋਇਆ ਹੋਇਆ ਸਾਈਡਾਂ 'ਤੇ, ਕੱਟ ਵਰਕ ਹੋਇਆ ਹੋਇਆ, ਨਾਲ ਵਿੱਚ ਦੇਖੋ ਬੇਲਾਂ ਜਾ ਰਹੀਆਂ ਨੇ ਬਹੁਤ ਵਧੀਆ, ਨਾਲ ਪਿਓਰ ਵੈਲਵਟ ਦਾ ਹੀ ਸਾਲ ਆਏਗਾ, ਪਿਓਰ ਵੈਲਵਟ ਦਾ ਸੋਲ ਆਊਗਾ ਜੀ। ਜਿਵੇਂ ਜਾਗੋਆਂ ਵਗੈਰਾ 'ਤੇ ਬੜੇ ਸੋਹਣੇ ਲੱਗਦੇ ਨੇ ਸੂਟ ਪਾਏ ਹੋਏ, ਅਤੇ ਜਿੱਦਾਂ ਤੁਸੀਂ ਬ੍ਰਾਈਡਲ ਸੂਟ ਹੈਗੇ ਆ ਇਹ ਜਦ ਮਰਜ਼ੀ ਤੁਸੀਂ ਪਾ ਸਕਦੇ ਹੋ, ਬਹੁਤ ਸੋਹਣਾ ਸੂਟ ਹੈ, ਕੋਟੀ ਪਾਉਣ ਦੀ ਲੋੜ ਨਹੀਂ। ਜਿਵੇਂ ਸਰਦੀਆਂ ਦੀਆਂ ਮੈਰਿਜ ਵਗੈਰਾ ਹੁੰਦੀਆਂ ਨੇ ਹੈ ਨਾ, ਅਤੇ ਭੈਣਾਂ ਨੂੰ ਜ਼ਿਆਦਾਤਰ ਹੁੰਦਾ ਵੀ ਕੋਟੀ ਨਹੀਂ ਪਾਉਣੀ ਹੈਗੀ, ਕੋਟੀ ਦੇ ਨਾਲ ਡੈਸ਼ ਖਰਾਬ ਹੋ ਜੂ, ਆਪਣੀ ਜਿਹੜੀ ਹੈਗੀ ਟੌਰ ਦੇ ਵਿੱਚ ਜਿਵੇਂ ਕਹਿ ਦਈਏ ਫਰਕ ਪੈ ਜੂ ਹੈ ਨਾ, ਇਹਦੇ ਨਾਲ ਤੁਹਾਨੂੰ ਕੋਟੀ ਪਾਉਣ ਦੀ ਲੋੜ ਨਹੀਂ, ਇਹ ਇੰਨਾ ਕੁ ਜ਼ਿਆਦਾ ਨਿੱਘਾ ਸੂਟ ਹੈ, ਚਾਹੇ ਤੁਸੀਂ ਪੂਰੀਆਂ ਧੁੰਦਾ ਪੈਂਦੀਆਂ ਦੇ ਵਿੱਚ ਪਾ ਜੂ, ਇਹ ਸੂਟ ਬਹੁਤ ਜ਼ਿਆਦਾ ਸੋਹਣੇ ਆ। ਅਤੇ ਇਹਦੇ ਵਿੱਚ ਆਪਾਂ ਨੇ ਸਲੀਣ 'ਚ ਵੀ ਤਿਆਰ ਕਰਵਾਇਆ ਸਸਤੇ ਸੂਟ, ਇਹ ਤੁਸੀਂ ਜਿਹੋ ਜਿਹੀ ਮਰਜ਼ੀ ਵਰਕ ਦਾ ਸਾਡੇ ਤੋਂ ਲੈ ਸਕਦੇ ਹੋ, ਇਹ ਤਾਂ ਅਸੀਂ ਦਿਖਾਇਆ ਹੈ, ਹਜੇ ਆਪਣੇ ਕਾਰੀਗਰ ਜਿਹੜੇ ਹੈਗੇ ਸੂਟ ਤਿਆਰ ਕਰਵਾ ਰਹੇ ਆ, ਇਹਦੇ ਨਾਲ ਦੇ ਅਲੱਗ ਅਲੱਗ ਵਰਕ ਆਊਗਾ ਆਪਣੇ ਕੋਲ, ਹੈਂਡ ਵਰਕ ਸਾਰਾ, ਚਾਹੇ ਥਰੈੱਡ ਵਰਕ ਲੈ ਲਓ, ਇਹਦੇ ਨਾਲ ਦੇ ਆਪਾਂ ਬਹੁਤ ਜ਼ਿਆਦਾ ਸੂਟ ਰੈਡੀ ਹੋਣੇ ਦਿੱਤੇ ਆ, ਸਾਰੇ ਕਲਰ ਤੁਸੀਂ ਜਿੱਦਾਂ ਦੇ ਮਰਜ਼ੀ ਲੈ ਸਕਦੇ ਹੋ। ਇਹ ਸਾਡੇ ਕੋਲ 1700-1800 ਤੋਂ ਸ਼ੁਰੂ ਹੋ ਜਾਂਦਾ ਜੀ, 2500 ਤੱਕ ਜਾਂਦੇ ਨੇ, ਕਿਉਂਕਿ ਵਰਕ ਦੇ ਹਿਸਾਬ ਨਾਲ ਹੈ ਨਾ, ਜਿਹੜੇ ਹਿਸਾਬ ਨਾਲ ਕਾਰੀਗਰ ਲੈਂਦੇ ਆ ਪੈਸਾ ਉਸ ਹਿਸਾਬ ਨਾਲ ਹੀ ਅਸੀਂ ਲੈਂਦੇ ਹਾਂ, ਬਾਕੀ ਕੱਪੜਾ ਤਾਂ ਆਪਣਾ ਸੇਮ ਹੀ ਹੁੰਦਾ। 1700-1800 ਰੁਪਏ ਤੋਂ ਸ਼ੁਰੂ ਹੋ ਜਾਂਦਾ ਵੈਲਵਟ ਦਾ ਸੂਟ, ਤੁਸੀਂ ਜਿੱਦਾਂ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ। ਇਹ ਆਪਣੇ ਕੋਲ ਆਏ ਨੇ ਜੀ ਸਲੀਨ ਦੇ ਸੂਟ, ਇਹ ਵੀ ਆਪਾਂ ਨੇ ਵਰਕ ਕਰਵਾਏ ਨੇ, ਦੇਖੋ ਇਹਨਾਂ 'ਤੇ ਥਰੈੱਡ ਵਰਕ ਹੋਇਆ ਹੋਇਆ, ਇਹ ਵੀ ਤੁਸੀਂ ਖਰੀਦ ਸਕਦੇ ਹੋ। ਚਲੋ ਕਿਸੇ ਨੇ ਸਸਤੇ 'ਚ ਸਾਰਨਾ ਹੁੰਦਾ ਹੈ ਨਾ, ਇਹਦੇ ਨਾਲ ਆਪਣੇ ਕੋਲ ਸਟੋਲ ਨੇਗੇ, ਸਲੀਨ ਦੇ ਹੀ ਸਟੋਲ ਆਏ ਨੇ, ਅਤੇ ਬਾਕੀ ਚੁੰਨੀਆਂ ਨਾਲ ਵੀ ਹੈਗੇ ਨੇ। ਇਹ ਸੂਟ ਵੀ ਤੁਸੀਂ ਦੇਖੋ, ਇਹਦਾ ਵੀ ਵਰਕ ਚੈੱਕ ਕਰ ਸਕਦੇ ਹੋ, ਵਰਕ ਬਹੁਤ ਜ਼ਿਆਦਾ ਸੋਹਣਾ ਕਰਿਆ ਹੋਇਆ, ਪਰ ਇਹ ਹੈਗਾ ਇਹ ਚਲੋ ਜਿਹੋ ਜਿਹੇ ਹਿਸਾਬ ਨਾਲ ਕੱਪੜਾ ਹੈ ਨਾ, ਸਲੀਨ ਥੋੜ੍ਹੀ ਸਸਤੀ ਹੁੰਦੀ ਹੈ, ਵੈਲਵਟ ਥੋੜ੍ਹੀ ਜਿਹੀ ਮਹਿੰਗੀ ਹੁੰਦੀ ਹੈ ਨਾ, ਇਹ ਤੁਹਾਨੂੰ ਵੀ ਪਤਾ। ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਕੱਪੜਾ ਮਿਲੂਗਾ ਤੁਹਾਨੂੰ, ਜਦੋਂ ਮਰਜ਼ੀ ਆਓ। ਦੇਖੋ ਕਟਰਾਈ ਹਜੇ ਕਿਸੇ ਕੋਲ ਨਹੀਂ ਆਈ ਹੈਗੀ, ਆਪਣੇ ਕੋਲ ਦੇਖੋ ਕਟਰਾਈ, ਪਿਓਰ ਕਟਰਾਈ ਦਾ ਸੂਟ ਹੈਗਾ ਜੀ ਇਹ। ਇਹ ਜਿਵੇਂ ਆਮ ਦੁਕਾਨਾਂ ਤੋਂ ਆਪਾਂ ਨੂੰ 2200-2200 ਦੇ, 2500-2500 ਦੇ ਸੂਟ ਮਿਲਦੇ ਨੇ, ਸਾਡੇ ਕੋਲ ਤੁਸੀਂ 1300-1400-1400 ਦਾ 1500 ਹੱਦ ਹੈ, ਸਾਡੇ ਕੋਲ ਇਹ ਸੂਟ ਖਰੀਦ ਸਕਦੇ ਹੋ। ਪਿਓਰ ਪਸ਼ਮੀਨੇ ਦੀਆਂ ਜਿਹੜੀਆਂ ਹੈਗੀਆਂ, ਇਹਨਾਂ ਦੇ ਵਿੱਚ ਸਲਵਾਰਾਂ ਲੱਗੀਆਂ ਹੋਣਗੀਆਂ, ਪਿਓਰ ਪਸ਼ਮੀਨਾ ਹੋਊਗਾ ਜੀ, ਜਿਹੜੀ ਚੀਜ਼ ਕਹਾਂਗੇ ਅਸਲੀ ਤਾਂ ਅਸਲੀ ਕਹਿ ਕੇ ਹੀ ਵੇਚਾਂਗੇ। ਇਹ ਪਿਓਰ ਜਿਹੜੀ ਹੈਗੀ ਕਟਰਾਈ ਦਾ ਸੂਟ ਹੈਗਾ ਜੀ, ਪਿਓਰ ਪਸ਼ਮੀਨੇ ਦੀ ਜਿਹੜੀ ਹੈਗੀ ਸਲਵਾਰ ਲੱਗੀ ਹੋਈ ਹੈ, ਤੁਸੀਂ ਸਾਡੇ ਕੋਲੋਂ ਇਹ
1300 तो स्टार्ट हो के खरीद सकते हो, क्योंकि थोड़ा बहुता कपड़े दे विच फर्क आ जाता 1300 1400 ये 1500 ये रेंजा दे विच खरीद सकते हो। यही सूट सानू 2200 2500 दे बाजार दे विचों मिलणगे जी, क्योंकि अपने रेट घट रखे हुए। ये अपने को आया जी प्योर पशमीना, असं प्लेन पशमीना मंगाया, मैं 2 पीस तुहानू दिखा दांगी। आ देखो जिहड़ा हैगा ओरिजिनल पशमीना हैगा ये, आ देखो ये तुसी जिहा जिहा मर्जी वर्क करा सकते हो। जिदा असी वर्क करवाउणा इन्हां दे उपर थ्रैड वर्क करवाउणा, साढ़े कोल काफ़ी जिहड़े हैगे टीचर उरे आउंदे आ जी, जिहड़े मतलब कि सूट वगैरह साढ़े तो तैयार करवाउंदे आ, है ना। चलो उन्हां दा विश्वास ला लो, किवें ला लो, अपने कोल काफ़ी टीचर लगे हुए आ, है ना। ਅਤੇ ਉਹ ਜਿਹੜੇ ਕਿਉਂਕਿ ਡੇਲੀ ਦੇ ਵਿੱਚ ਪਾਉਣ 'ਚ ਹੈ ਨਾ ਪਤਾ ਹੀ ਹੈ, ਉਹਨਾਂ ਨੂੰ ਪਸ਼ਮੀਨੇ ਦੇ ਸੂਟ ਚਾਹੀਦੇ ਸੀਗੇ, ਕਹਿੰਦੇ ਸਾਨੂੰ ਵਰਕ ਕਰਵਾ ਕੇ ਦੇ ਦਿਓ। ਜਿੱਦਾਂ ਜਿੱਦਾਂ ਦੇ ਉਹਨਾਂ ਨੇ ਸਾਨੂੰ ਕਲਰ ਕਿਹਾ ਸੀਗਾ, ਅਸੀਂ ਉਵੇਂ ਦੇ ਕਲਰ ਇਹ ਹਜੇ ਵਰਕ ਲਈ ਦੇਣੇ ਆ। ਬਾਕੀ ਆਪਣੀ ਸ਼ੋਪ 'ਤੇ ਜਿਹੜੇ ਹੈਗੇ ਪਸ਼ਮੀਨੇ ਦੇ ਵਰਕ ਵਾਲੇ ਸੂਟ ਆਪਾਂ ਸੇਲ ਕਰਿਆ ਕਰਾਂਗੇ ਜੀ, ਕਿਉਂਕਿ ਹੁਣ ਆਪਣੇ ਕਾਰੀਗਰ ਲੱਗੇ ਹੋਏ ਆਪਾਂ ਨੂੰ ਜ਼ਰੂਰੀ ਨਹੀਂ। ਚਲੋ ਜੇ ਤਾਂ ਅਗਲੇ ਨੇ ਕਿਸੇ ਨੇ ਆਪਦੀ ਪਸੰਦ ਦਾ ਕਰਵਾਉਣਾ ਵਰਕ, ਉਹ ਤਾਂ ਸਾਡੇ ਨੂੰ ਸਾਨੂੰ ਫੋਟੋ ਵਗੈਰਾ ਦੇ ਕੇ ਕਰਵਾ ਸਕਦਾ, ਹੈ ਨਾ। ਨਹੀਂ ਆਪਣੇ ਕੋਲ ਜਿੱਦਾਂ ਤੁਸੀਂ ਆਮ ਖਰੀਦਣੇ ਨੇ, ਆਪਣੇ ਕੋਲ ਹਰ ਇੱਕ ਤਰ੍ਹਾਂ ਦੇ ਵਰਕ ਵਾਲੇ ਸੂਟ ਮਿਲਣਗੇ। ਦੇਖੋ ਆਪਣੇ ਕੋਲ ਜਿਹੜੀ ਹੈਗੀ ਅਲਪਾਈਨ ਵੀ ਆ ਗਈ, ਆਪਣੇ ਕੋਲ ਗਰਮ ਸੂਟ ਆ ਗਏ ਜੀ, ਕਿਉਂਕਿ ਬਾਹਰ ਕਾਫੀ ਗਰਮ ਸੂਟ ਜਾਣ ਲੱਗ ਗਏ, ਕਾਫੀ ਭੈਣ ਭਾਈ ਆਉਂਦੇ ਆ ਗਰਮ ਸੂਟ ਖਰੀਦਣ। ਇਹ ਪਿਓਰ ਅਲਪਾਈਨ ਹੈਗੀ ਹੈ। ਆਪਾਂ ਥੋੜ੍ਹੀ ਜਿਹੀ ਨਕਲ ਜਿਹੜੀ ਹੈਗੀ ਘੱਟ ਵੇਚਦੇ ਹਾਂ ਜੀ ਕੱਪੜੇ ਦੀ, ਕਿਉਂਕਿ ਮੈਨੂੰ ਖੁਦ ਨੂੰ ਪਸੰਦ ਨਹੀਂ ਹੈਗੀ ਜਿੱਦਾਂ ਆਪਾਂ ਨਕਲ ਆਪਾਂ ਕੱਪੜੇ ਦੀ ਵੇਚਦੀ। ਮੈਨੂੰ ਆਪ ਖੁਦ ਮੇਰਾ ਮਨ ਹੀ ਨਹੀਂ ਕਰਦਾ ਹੁੰਦਾ ਵੀ ਕਿਸੇ ਕੱਪੜੇ ਦੀ ਆਪਾਂ ਨਕਲ ਵੇਚੀਏ, ਹੈ ਨਾ। ਅਤੇ ਇੱਕ ਵਾਰੀ ਚਲੋ ਗਾਹਕ ਤੋਂ ਪੈਸੇ ਠੱਗ ਲਾਂਗੇ, ਹੈ ਨਾ, ਫਿਰ ਗਾਹਕ ਦੁਬਾਰਾ ਦੁਬਾਰਾ ਨਹੀਂ ਆਉਂਦਾ ਹੈਗਾ ਜੀ। ਇਹ ਆਪਣੇ ਕੋਲ ਓਰਿਜਿਨਲ ਅਲਪਾਈਨ ਹੈਗੀ ਹੈ। ਇਹ ਆਪਣੇ ਕੋਲ ਜਿਹੜੇ ਹੈਗੇ ਸੌਲ ਸੂਟ ਵੀ ਆਏ ਆ ਜੀ ਗਰਮ ਦੇ ਵਿੱਚ, ਆਹ ਦੇਖੋ, ਕਿਉਂਕਿ ਬਸ ਹੁਣ ਸੀਜ਼ਨ ਸਟਾਰਟ ਹੋ ਜਾਣਾ ਆ। ਆਹ ਦੇਖੋ ਜਿੱਦਾਂ ਇਹ ਸ਼ਰਟ ਆ ਗਈ, ਇਹ ਵਾਲਾ ਨਾਲ ਜਿਹੜਾ ਹੈਗਾ ਸੇਮ ਸੌਲ ਆ ਗਿਆ ਜੀ। ਇਹਦੇ 'ਚ ਸੌਲ ਵੀ ਆਉਂਦੇ ਆ, ਸਟੋਲ ਵੀ ਆਉਂਦੇ, ਪਿਓਰ ਪਸ਼ਮੀਨੇ ਦਾ ਸੂਟ ਹੈਗਾ, ਉਵੇਂ ਦਾ ਹੀ ਸੌਲ ਲੱਗਿਆ ਹੋਇਆ ਵਿੱਚ। ਤੁਸੀਂ ਇਹ ਸੂਟ ਵੀ ਸਾਡੇ ਤੋਂ ਖਰੀਦ ਸਕਦੇ ਹੋ। ਬਾਕੀ ਆਪਣੇ ਕੋਲ ਹਫ਼ਤੇ ਦੇ ਵਿੱਚ 2 ਵਾਰੀ ਕੱਪੜਾ ਆਉਂਦਾ, ਦੇਖੋ ਹਜੇ ਅਸੀਂ ਸੈੱਟ ਕਰਕੇ ਰੱਖਣਾ ਹੈ ਜਿੰਨਾ ਕੱਪੜਾ ਹੈ। ਆਪਣੇ ਕੋਲ ਹਰ ਇੱਕ ਤਰ੍ਹਾਂ ਦੇ ਕਲਰ ਮਿਲਣਗੇ ਤੁਹਾਨੂੰ ਲਾਈਨਿੰਗ ਦੇ, ਹਰ ਇੱਕ ਤਰ੍ਹਾਂ ਦੇ ਕਲਰ, ਕਿਉਂਕਿ ਸਾਡੀਆਂ ਲਾਈਨਿੰਗਾਂ ਡੇਲੀ ਦੀਆਂ ਬਹੁਤ ਜ਼ਿਆਦਾ ਲਾਈਨਿੰਗਾਂ ਲੱਗਦੀਆਂ ਨੇ ਆਪਾਂ ਸੂਟ ਸਟਿੱਚ ਕਰਨ ਕਰਕੇ, ਹੈ ਨਾ। ਜਿੱਦਾਂ ਆਪਾਂ ਹਰ ਇੱਕ ਦੇ ਸੂਟ ਸਟਿੱਚ ਕਰਦੇ ਹਾਂ, ਲਾਈਨਿੰਗ ਅਗਲਾ ਕਹਿੰਦਾ ਆਪਣੇ ਕੋਲ ਹੀ ਲਾ ਲਿਓ, ਇੱਧਰ ਵੀ ਕਾਫੀ ਲਾਈਨਿੰਗਾਂ ਪਈਆਂ ਨੇ, ਅਤੇ ਉਹਦੇ ਕਰਕੇ ਲਾਈਨਿੰਗਾਂ ਸਾਡੀਆਂ ਕਾਫੀ ਜ਼ਿਆਦਾ ਲੱਗਦੀਆਂ ਨੇ। ਸਾਡੇ ਲਾਈਨਿੰਗਾਂ ਦੇ ਕਲਰ ਜਿਹੜੇ ਹੈਗੇ ਪੂਰੇ ਨਹੀਂ ਹੋ ਰਹੇ, ਲਾਈਨਿੰਗਾਂ ਆਪਣੇ ਬਹੁਤ ਜ਼ਿਆਦਾ ਲੱਗ ਰਹੀਆਂ ਨੇ, ਕਿਉਂਕਿ ਚਲੋ ਜੀ ਹੋ ਹੀ ਜਾਂਦਾ, ਹੈ ਨਾ। ਬਾਕੀ ਹੁਣ ਸੀਜ਼ਨ ਸਟਾਰਟ ਹੋ ਗਿਆ, ਹਰ ਇੱਕ ਕੱਪੜੇ ਦੇ ਵਿੱਚ ਲਾਈਨਿੰਗ ਲੱਗਦੀ ਹੈ। ਚਲੋ ਜੀ ਮੈਂ ਇੱਕ ਵਾਰੀ ਐਡਰੈਸ ਜਿਹੜਾ ਹੈਗਾ ਦੁਬਾਰਾ ਫੇਰ ਦੱਸੂੰਗੀ ਤੁਹਾਨੂੰ। ਆਪਣਾ ਜਿਹੜਾ ਹੈਗਾ ਐਡਰੈਸ ਧੂਰੀ ਦੇ ਵਿੱਚ ਆਪਣਾ ਬੁਟੀਕ ਹੈਗਾ, ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ, ਧੂਰੀ ਬਰਨਾਲਾ ਰੋਡ, ਕੱਕੜਵਾਲ ਚੌਂਕ, ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਜਿਹੜਾ, ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ, ਉਹਦੇ ਬਿਲਕੁਲ ਸਾਹਮਣੇ, ਉਹਦੇ ਬਿਲਕੁਲ ਓਪੋਜਿਟ ਜਿਹੜੀ ਹੈਗੀ ਆਪਣੀ ਦੁਕਾਨ ਹੈਗੀ ਹੈ, ਉੱਥੇ ਆਪਣਾ ਬੋਰਡ ਲੱਗਿਆ ਵੀ ਮਿਲ ਜਾਏਗਾ ਤੁਹਾਨੂੰ, ਗਲੀ ਦੇ ਵਿੱਚ ਹੈਗੀ ਹੈ, ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ। ਉੱਪਰ ਆਪਾਂ ਆਪਣਾ ਨੰਬਰ ਮੈਨਸ਼ਨ ਕਰ ਦਾਂਗੇ, ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਲੈਣੀ ਉਹ ਵੀ ਸਾਡੇ ਕੋਲ ਲੈ ਸਕਦੇ, ਹੈ ਨਾ। ਕਿਸੇ ਨੇ ਥੋੜ੍ਹੇ ਟਾਈਮ ਦੀਆਂ ਕਲਾਸਾਂ ਵਗੈਰਾ ਲਾਉਣੀਆਂ ਸਿਲਾਈ ਦੀਆਂ, ਜਾਂ ਪਹਿਲਾਂ ਸਿਲਾਈ ਆਉਂਦੀ ਹੈ ਮਤਲਬ ਕਿ ਪੈਂਟ ਪਲਾਜੋ ਸਿੱਖਣੇ ਆ, ਜਾਂ ਗਰਾਰੇ ਸ਼ਰਾਰੇ ਸਿੱਖਣੇ ਆ, ਕਿਸੇ ਵੀ ਤਰ੍ਹਾਂ ਦੇ ਕੋਈ ਡਿਜ਼ਾਇਨਰ ਸੂਟ ਸਿੱਖਣੇ ਆ, ਸਾਡੇ ਕੋਲ ਜਿੱਦਾਂ ਮਰਜ਼ੀ ਤੁਸੀਂ ਆ ਕੇ ਟ੍ਰੇਨਿੰਗ ਲੈ ਸਕਦੇ ਹੋ। ਆਪਾਂ ਬਿਊਟੀਸ਼ੀਅਨ ਦੇ ਕੋਰਸਾਂ ਦੀ ਵੀ ਜਿਹੜੀ ਹੈਗੀ ਟ੍ਰੇਨਿੰਗ ਦਿੰਦੇ ਹਾਂ ਜੀ, ਹਰ ਇੱਕ ਤਰ੍ਹਾਂ ਦੇ ਆਪਾਂ ਕੋਰਸਿਸ ਕਰਾਉਂਦੇ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈਗੇ ਕੋਰਸ ਕਰਨਾ ਚਾਹੁੰਦੇ ਹੋ ਸਾਡੇ ਕੋਲ ਕਰ ਸਕਦੇ ਹੋ ਜੀ ਆ ਕੇ। ਆਪਾਂ ਬਿਲਕੁਲ ਜਿਹੜਾ ਹੈਗਾ ਘੱਟ ਰੇਟ 'ਤੇ ਟ੍ਰੇਨਿੰਗ ਦਿੰਦੇ ਹਾਂ, ਆਪਾਂ ਨੂੰ ਇਹ ਹੈ ਵੀ ਚਲੋ ਕੋਈ ਸਿੱਖ ਕੇ ਜਾਵੇ, ਹੈ ਨਾ। ਅਤੇ ਆਪਣੇ ਬਿਲਕੁਲ ਬਾਜ਼ਾਰ ਦੇ ਨਾਲੋਂ ਰੇਟ ਜਿਹੜੇ ਹੈਗੇ ਡਾਊਨ ਰੱਖੇ ਹੋਏ ਆ। ਤੁਸੀਂ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਲੈ ਸਕਦੇ ਹੋ, ਚਾਹੇ ਉਹ ਬਿਊਟੀਸ਼ੀਅਨ ਦੇ ਕੋਰਸ ਹੋਣ, ਚਾਹੇ ਉਹ ਸਿਲਾਈ ਦੇ ਕੋਰਸ ਹੋਣ, ਜਦੋਂ ਮਰਜ਼ੀ ਆ ਕੇ ਮਿਲ ਸਕਦੇ ਹੋ ਜੀ ਤੁਸੀਂ। ਅਸੀਂ ਉੱਪਰ ਆਪਣਾ ਨੰਬਰ ਮੈਨਸ਼ਨ ਕਰ ਦਾਂਗੇ, ਜਦੋਂ ਮਰਜ਼ੀ ਤੁਸੀਂ ਦਾਜ ਵਰੀ ਦਾ, ਵਿਆਹ ਸ਼ਾਦੀਆਂ ਦਾ, ਜਿਹੋ ਜਿਹਾ ਮਰਜ਼ੀ ਕੱਪੜਾ ਖਰੀਦਣਾ ਚਾਹੁੰਦੇ ਹੋ, ਸਾਡੇ ਕੋਲ ਜ਼ਰੂਰ ਆ ਕੇ ਤੁਸੀਂ ਦੇਖ ਕੇ ਪਰਖ ਕੇ ਖਰੀਦ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ।